ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਂਪੋ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਕਿ ਪੀਟ੍ਰੀਪੀਐਸਪੀ ਵੱਲੋਂ ਜੇਲ੍ਹ ਵਾਰਡਰ ਦਾ ਜਿਹੜਾ ਤੁਹਾਡਾ ਪੇਪਰ ਹੋਇਆ ਸੀ ਠੀਕ ਹੈ ਉਸ ਦੀ ਜਿਹੜੀ ਅਨਸਰ ਕੀ ਹੈ ਉਹ ਆਊਟ ਕਰ ਦਿੱਤੀ ਗਈ ਹੈ ਠੀਕ ਹੈ ਜੇਲ੍ਹ ਵਾਰਡਰ ਦੇ ਲਈ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਕਿਵੇਂ ਆਪਣੇ ਨੰਬਰ ਚੈੱਕ ਕਰਨੇ ਸਭ ਤੋਂ ਪਹਿਲਾਂ ਤੁਸੀਂ ਪੀਟ੍ਰੀਪੀਐਸਪੀ ਦੀ ਆਫੀਸ਼ੀਅਲ ਸਾਈਟ ਜਿਹੜੀ ਉਹਨੂੰ ਖੋਲੋ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਦੇਖੋ ਐਡਵਰਟਾਈਜ਼ਮੈਂਟ ਉੱਤੇ ਕਲਿੱਕ ਕਰੋਗੇ ਇਸ ਉੱਤੇ ਠੀਕ ਹੈ ਐਡਵਰਟਾਈਜ਼ਮੈਂਟ ਉੱਤੇ ਕਲਿੱਕ ਤਾਂ ਤੁਹਾਡੇ ਕੋਲ ਜਿਹੜੇ ਨਵੇਂ ਨੋਟੀਫਿਕੇਸ਼ਨ ਆਏ ਨੇ ਜਿਹੜੇ ਸਾਰੇ ਉਹ ਖੁੱਲ ਜਾਣਗੇ ਠੀਕ ਹੈ ਸਭ ਤੋਂ ਪਹਿਲਾਂ ਹੀ ਦੇਖੋ ਤੁਸੀਂ ਇਹ ਪਿਆ ਇੱਥੇ ਉਹ ਪ੍ਰੋਵੀਜ਼ਨਲ ਅਨਸਰ ਕੀ ਜਿਹੜੇ ਜੇਲ ਵਾੜਨ ਦੇ 27 28 29 ਤਿੰਨੇ ਦਿਨਾਂ ਦੇ ਪੇਪਰ ਸਾਰਿਆਂ ਦੀ ਜਿਹੜੀ ਪ੍ਰੋਵੀਜ਼ਨਲ ਅਨਸਰ ਕੀ ਇਹਨਾਂ ਨੇ ਇੱਥੇ ਪਾਤੀ ਹੈ ਠੀਕ ਹੈ ਇੱਥੋਂ ਤੁਸੀਂ ਇਸ ਨੂੰ ਕਲਿੱਕ ਕਰੋ ਥੋੜਾ ਟਾਈਮ ਲੇ ਰਿਹਾ ਹੈ ਇਹ ਆਪਣੇ ਕੋਲ ਇਹ ਦੇਖੋ ਠੀਕ ਹੈ ਇੱਥੇ ਤੁਹਾਡਾ ਜਿਹੜਾ ਆਨਸਰ ਕੀ ਹੈ ਜਦੋਂ ਤੁਸੀਂ ਮਤਲਬ ਕਿ ਆਪਣੀ ਜਿਹੜੀ ਜਿਹੜਾ ਤੁਸੀਂ ਉੱਥੇ ਟਿਕ ਕਰਕੇ ਆ ਸੀ ਉਹ ਵੀ ਤੁਸੀਂ ਖੋਲ ਸਕਦੇ ਹੋ ਆਪਣਾ ਠੀਕ ਹੈ ਸਾਈਡ ਥੋੜੀ ਹੋਰ ਹੈ ਮੈਂ ਸੀਟ ਵੀ ਆ ਜਾਵੇਗੀ ਜੇਕਰ ਤੁਸੀਂ ਆਨਸਰ ਕੀ ਦੇਖਣਾ ਚਾਹੁੰਦੇ ਤਾਂ ਆਨਸਰ ਕੀ ਉੱਤੇ ਕਲਿੱਕ ਕਰ ਲਵੋ ਤਾਂ ਆਨਸਰ ਕੀ ਆ ਜਾਣਗੇ ਤੁਹਾਡੇ ਸਾਰੀਆਂ ਠੀਕ ਹੈ ਇਹ ਦੇਖੋ ਸਾਰੀਆਂ ਆਨਸਰ ਕੀ ਆ ਗਈਆਂ ਠੀਕ ਹੈ 27 ਤਰੀਕ ਨੂੰ ਜਿਹੜੇ ਪੇਪਰ ਹੋਇਆ ਸੀ ਠੀਕ ਹੈ ਸਵੇਰੇ ਉਸ ਦਾ ਸੈੱਟ A B C D ਠੀਕ ਹੈ 27 ਤਰੀਕ ਨੂੰ ਸ਼ਾਮ ਨੂੰ ਹੋਇਆ ਸੀ ਉਸ ਦੀ ਆਨਸਰ ਕੀ ਹੈ ਉਸ ਤੋਂ ਬਾਅਦ ਹੈਠਾ ਦੇਖੋ ਤੁਸੀਂ 28 ਤਰੀਕ ਨੂੰ ਜਿਹੜਾ ਹੋਏ ਸੀ ਉਹਨਾਂ ਦੇ ਅਨਸਰ ਕੀਆ ਸ਼ਾਮ ਨੂੰ ਹੋਏ ਸੀ 28 ਤਰੀਕ ਨੂੰ ਉਸ ਦੀ ਅਨਸਰ ਕੀਆ ਨੇ ਸਾਰੇ ਚਾਰੇ ਸੱਟਾਂ ਦੀਆਂ 29 ਤਰੀਕ ਨੂੰ ਹੋਏ ਸੀ ਜਿਹੜਾ ਸਵੇਰੇ ਉਸ ਦੀ ਵੀ ਅਨਸਰ ਕੀਆ ਨੇ 30 ਤਰੀਕ ਨੂੰ ਹੋਏ ਸੀ ਜਿਹੜੇ 29 ਸੌਰੀ ਸ਼ਾਮ ਨੂੰ ਹੋਏ ਸੀ ਉਸ ਦੀ ਵੀ ਅਨਸਰ ਕੀਆ ਠੀਕ ਹੈ ਹੁਣ ਮੈਂ ਤੁਹਾਨੂੰ ਅੱਗੇ ਦੱਸ ਦਵਾਂ ਕਿ ਜਿਹੜੇ ਤੁਸੀਂ ਆਪਣੀ ਉਹ ਦੇਖਣੀ ਹੈ ਤੁਸੀਂ ਜੇਕਰ ਤਾਂ ਤੁਸੀਂ ਅਨਸਰ ਕੀ ਵਾਸਤੇ ਤੁਹਾਨੂੰ ਪਤਾ ਵੀ ਤੁਸੀਂ ਕਿ ਕਿਹੜਾ ਕਿਹੜਾ ਟਿੱਕਰ ਕਰਿਆ ਤਾਂ ਤੁਸੀਂ ਸਿੰਪਲ ਇੱਥੇ ਤੇ ਆ ਉਹ ਕੱਢ ਲਵੋ ਅਨਸਰ ਕੀ ਉਸ ਨਾਲ ਮੈਚ ਕਰ ਲਵੋ ਠੀਕ ਹੈ ਜੇਕਰ ਤੁਸੀਂ ਆਪਣੀ OMR ਸ਼ੀਟ ਦੇਖਣੀ ਹੈਗੇ ਤੁਸੀਂ ਕਿਹੜੀ ਕਿਹੜੀ ਟਿਕ ਕਰਕੇ ਹੈ ਤਾਂ ਤੁਸੀਂ ਇਸ ਉੱਤੇ ਕਲਿੱਕ ਕਰੋਗੇ ਠੀਕ ਹੈ ਇਸ ਉੱਤੇ ਕਲਿੱਕ ਕਰਨ ਤੋਂ ਬਾਅਦ ਫਿਰ ਤੁਸੀਂ ਆਪਣਾ ਲੌਗਇਨ ਆਈਡੀ ਐਂਡ ਪਾਸਵਰਡ ਭਰੋਗੇ ਤੁਹਾਡੀ OMR ਸ਼ੀਟ ਜੋ ਜੋ ਤੁਸੀਂ ਉੱਥੇ ਟਿਕ ਕੀਤਾ ਹੋਵੇਗਾ ਉਹ ਸਾਰਾ ਖੁੱਲ ਜਾਵੇਗਾ ਉਸ ਨਾਲ ਤੁਸੀਂ ਆਪਣਾ ਮੈਚ ਕਰ ਸਕਦੇ ਹੋ ਠੀਕ ਹੈ ਸਾਰਿਆਂ ਨੇ ਫਟਾਫਟ ਆਪਣੇ ਅਨਸਰ ਦੇਖੋ ਤੇ ਕਮੈਂਟ ਕਰੋ ਦੇਖਦੇ ਹਾਂ ਕਿ ਸਭ ਤੋਂ ਵੱਧ ਨੰਬਰ ਕਿਸ ਦੇ ਬਣਦੇ ਹਨ ਠੀਕ ਹੈ ਤੇ ਕਿੰਨੀ ਕਟ-ਆਫ ਜਾਵੇਗੀ ਆਪਾਂ ਆਈਡੀਆ ਲਾਵਾਂਗੇ ਉਸ ਨਾਲ ਇਸ ਲਈ ਵੱਧ ਤੋਂ ਵੱਧ ਸਾਰੇ ਜਿਹੜੇ ਸਟੂਡੈਂਟ ਜਿੰਨੇ ਵੀ ਹੈ ਜਿਹੜੇ ਉਹ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਕਿੰਨੇ ਨੰਬਰ ਬਣ ਰਹੇ ਆ ਠੀਕ ਹੈ ਅੱਜ ਦੀ ਵੀਡੀਓ ਚੈਨ ਹੈ ਧੰਨਵਾਦ